Return Outlook। सतनाम श्री वाहे गुरु जी। कमेंट सैक्शन दे विच वाहेगुरु टाइप करके फतेह कबूल करो जी। वाहेगुरु जी का खालसा, वाहेगुरु जी की फतेह। तुसी अपने सुझाव अते सवाल भी कमेंट कर सकते हो। तुहाडे सुझावां दे उत्ते काम करन दी अते तुहाडे सवालां दे छेती तो छेती जवाब देन दी पूरी कोशिश की जाएगी। अज श्री गुरु ग्रंथ साहिब जी दे 182वें अंग दी बाणी दी व्याख्या करदे हां जी। पहला ही शब्द बड़ा ही वधिया है, बड़ा ही डूंगा भी है ते सरल भी है। जेकर ध्यान दे नाल सुनोगे तां पूरी गलबात जरूर समझ दे विच आ जाएगी। गौड़ी गुआररी महला पंजवां। व्यापत हरख सोग विस्थार, व्यापत सुरग नरक अवतार, व्यापत धन निरधन पेख सोभा, मूल व्याधि व्यापस लोभा। ये जो सारा शब्द है, सारे ही शब्द दे विच माया दी गल हो रही है। तो सब तो बड़ी जो गल इस दे विचों असी सिख रहे हाँ वो ये है कि माया सिर्फ पैसा नहीं है। जदों माया दी गल हुंदी है तो साढ़े मना दे विच पैसा ते धन दौलत ही आउंदा है, पर असल दे विच जेड़ी भी कोई चीज़, कोई शै, कोई सोच तुहाडे मन नूं अस्थिर करदी है, स्थिरता वाली आत्मक अडोलता वाली स्थिति तो पासे लैके जांदी है, उही माया है। कोई भी ख्याल जिहड़ा तुहाडे अंदर होमै भरदा है वह माया है। सो माया सिर्फ पैसे नाल संबंधित नहीं है। इत्थे ये भी दस देना जरूरी समझते हाँ कि कोई इंसान बहुत ज़्यादा धन कमाउंदा हो सकता है पर फिर भी माया के प्रभाव तो बचिया हो सकता है। पैसे नाल माया के मोह का कोई भी सीधा संबंध नहीं है। जिथे एक अमीर माया के मोह तो बचिया हो सकता है, उत्थे ही एक गरीब माया के मोह दे विच फसिया भी हो सकता है। गल सिर्फ तुहाडी सोच दी है कि पैसे नूं लैके जां होर सोचां नूं, होर ख्यालां नूं लैके तुसीं सोचदे की हो, तुसीं किवें उस चीज़ नूं अपने मन दे अंदर बिठाउंदे हो, किस प्रकार उहदे उपर अपनी प्रतिक्रिया दिंदे हो। तुहाडियां प्रतिक्रियावां दे नाल तुहाडा जो मन है ਉਹ ਵਿਚਲਿਤ ਹੁੰਦਾ ਹੈ, ਅਸਥਿਰ ਹੁੰਦਾ ਹੈ ਜਾਂ ਨਹੀਂ। ਹੁਣ ਅਸੀਂ ਜੋ ਪੰਕਤੀਆਂ ਪੜ੍ਹੀਆਂ ਸਨ ਉਹਨਾਂ ਦੀ ਵਿਆਖਿਆ ਕਰਦੇ ਹਾਂ। ਵਿਆਪਤ ਹਰਖ ਸੋਗ ਵਿਸਥਾਰ। ਗੁਰੂ ਜੀ ਕਹਿੰਦੇ ਕਿ ਕਿਸੇ ਪਾਸੇ ਕ੍ਰੋਧ ਅਤੇ ਗਮੀ ਦਾ ਖਿਲਾਰਾ ਹੈ। ਵਿਆਪਤ ਸੁਰਗ ਨਰਕ ਅਵਤਾਰ। ਕਿਸੇ ਪਾਸੇ ਜੀਵ ਸੁਰਗਾਂ ਅਤੇ ਨਰਕਾਂ ਦੇ ਵਿੱਚ ਅਵਤਾਰ ਲੈ ਰਹੇ ਨੇ, ਭਾਵ ਕਿ ਸੁਰਗ ਅਤੇ ਨਰਕ ਭੋਗ ਰਹੇ ਨੇ। ਕੋਈ ਸੁਰਗ ਭੋਗ ਰਿਹਾ ਹੈ, ਕੋਈ ਨਰਕ ਭੋਗ ਰਿਹਾ ਹੈ। ਕੋਈ ਨਰਕਾਂ ਵਿੱਚੋਂ ਨਿਕਲ ਕੇ ਸੁਰਗਾਂ ਵੱਲ ਜਾ ਰਿਹਾ ਹੈ, ਕੋਈ ਸੁਰਗਾਂ ਵਿੱਚੋਂ ਨਿਕਲ ਕੇ ਨਰਕਾਂ ਵੱਲ ਜਾ ਰਿਹਾ ਹੈ। ਅਤੇ ਇਹ ਜੋ ਨਰਕ ਅਤੇ ਸਵਰਗ ਨੇ, ਇਹ ਇਸੇ ਜੀਵਨ ਦੀ ਗੱਲ ਹੋ ਰਹੀ ਹੈ, ਇਸ ਜੀਵਨ ਤੋਂ ਅੱਗੇ ਦੀ ਗੱਲ ਨਹੀਂ ਹੋ ਰਹੀ। ਜਿਹੜੇ ਇਨਸਾਨ ਦੇ ਕੋਲ ਉਹਦੀ ਜ਼ਿੰਦਗੀ ਨੂੰ ਖੁਸ਼ਹਾਲ ਤਰੀਕੇ ਦੇ ਨਾਲ ਜਿਉਣ ਦੇ ਲਈ ਸਭ ਕੁਝ ਹੈ, ਉਹ ਸਵਰਗਾਂ ਦੇ ਵਿੱਚ ਹੈ। ਅਤੇ ਜਿਹੜਾ ਇਨਸਾਨ ਕਿਸੇ ਪ੍ਰਕਾਰ ਦੀ ਦੁੱਖ ਤਕਲੀਫ ਦੇ ਵਿੱਚ ਹੈ, ਉਹ ਨਰਕਾਂ ਦੇ ਵਿੱਚ ਹੈ। ਜਦੋਂ ਉਹ ਦੁੱਖ ਤਕਲੀਫ ਦੇ ਵਿੱਚੋਂ ਨਿਕਲ ਰਿਹਾ ਹੈ ਤਾਂ ਭਾਵ ਕਿ ਨਰਕਾਂ ਦੇ ਵਿੱਚੋਂ ਨਿਕਲ ਰਿਹਾ ਹੈ ਅਤੇ ਸਵਰਗਾਂ ਵੱਲ ਨੂੰ ਜਾ ਰਿਹਾ ਹੈ। ਅਤੇ ਉਸੇ ਪ੍ਰਕਾਰ ਹੀ ਹਰ ਪ੍ਰਕਾਰ ਦੇ ਆਨੰਦ ਮਾਣਦਾ ਹੋਇਆ ਮਨੁੱਖ ਜਦੋਂ ਮਾਨਸਿਕ ਤੌਰ 'ਤੇ ਵਿਚਲਿਤ ਹੋਣ ਲੱਗਦਾ ਹੈ ਜਾਂ ਉਹਦੀਆਂ ਸਥਿਤੀਆਂ ਬਦਲ ਜਾਂਦੀਆਂ ਨੇ ਕਿ ਉਹਦਾ ਸਭ ਕੁਝ ਖੁੱਸਣ ਲੱਗਦਾ ਹੈ, ਤਾਂ ਉਹ ਸਵਰਗਾਂ ਤੋਂ ਨਰਕਾਂ ਵੱਲ ਨੂੰ ਜਾ ਰਿਹਾ ਹੈ। ਅੱਗੇ ਕਹਿੰਦੇ ਕਿ ਵਿਆਪਤ ਧਨ ਨਿਰਧਨ ਪੇਖ ਸੋਭਾ। ਕਿਸੇ ਕੋਲ ਬਹੁਤ ਜ਼ਿਆਦਾ ਧਨ ਹੈ ਅਤੇ ਕਿਸੇ ਕੋਲ ਬਿਲਕੁਲ ਵੀ ਧਨ ਨਹੀਂ ਹੈ, ਉਹ ਨਿਰਧਨ ਹੈ, ਗਰੀਬ ਹੈ। ਕੋਈ ਮਨੁੱਖ ਆਪਣੀ ਸ਼ੋਭਾ, ਆਪਣੀ ਵਡਿਆਈ ਸੁਣ ਕੇ ਖੁਸ਼ ਹੋ ਰਿਹਾ ਹੈ, ਮੂਲ ਵਿਆਧੀ ਵਿਆਪਸ ਲੋਭਾ। ਅਤੇ ਕਿਸੇ ਪਾਸੇ ਜੋ ਲੋਭ ਹੈ ਉਹ ਸਾਰੇ ਹੀ ਵਿਕਾਰਾਂ ਦਾ ਮੂਲ ਬਣ ਕੇ ਵਿਆਪਿਆ ਹੋਇਆ ਹੈ। ਇਹਨਾਂ ਸਾਰੇ ਤਰੀਕਿਆਂ ਦੇ ਨਾਲ, ਇਹਨਾਂ ਸਾਰੀਆਂ ਘਟਨਾਵਾਂ ਦੇ ਦੌਰਾਨ ਜੋ ਮਾਇਆ ਹੈ ਉਹ ਆਪਣਾ ਪ੍ਰਭਾਵ ਪਾ ਰਹੀ ਹੈ।
ਸੋ ਇੱਥੇ ਸਿਰਫ ਧਨ ਦੀ ਗੱਲ ਨਹੀਂ ਹੋਈ, ਇੱਥੇ ਬਹੁਤ ਸਾਰੀਆਂ ਚੀਜ਼ਾਂ ਦੀ ਗੱਲ ਹੋਈ ਹੈ। ਵਿਕਾਰਾਂ ਦੀ ਵੀ ਗੱਲ ਹੋ ਰਹੀ ਹੈ, ਹਉਮੈ ਦੀ ਗੱਲ ਹੋ ਰਹੀ ਹੈ, ਨਰਕ ਸਵਰਗਾਂ ਦੀ ਗੱਲ ਹੋ ਰਹੀ ਹੈ, ਹਰਖ ਸੋਗ ਦੀ ਗੱਲ ਹੋ ਰਹੀ ਹੈ। ਇਹ ਸਾਰੇ ਹੀ ਤਰੀਕਿਆਂ ਦੇ ਨਾਲ ਮਾਇਆ ਮਨੁੱਖ ਦੇ ਉੱਪਰ ਆਪਣਾ ਪ੍ਰਭਾਵ ਪਾਉਂਦੀ ਹੈ। ਮਾਇਆ ਵਿਆਪਤ ਬਹੁ ਪ੍ਰਕਾਰੀ, ਕਿ ਜੋ ਮਾਇਆ ਹੈ ਉਹ ਬੜੇ ਤਰੀਕਿਆਂ ਦੇ ਨਾਲ, ਅਨੇਕਾਂ ਹੀ ਤਰੀਕਿਆਂ ਦੇ ਨਾਲ ਮਨੁੱਖ ਦੇ ਉੱਪਰ ਪ੍ਰਭਾਵ ਪਾਉਂਦੀ ਹੈ। ਸੰਤ ਜੀਵੈ ਪ੍ਰਭ ਓਟ ਤੁਮਾਰੀ ਰਹਾਉ, ਪਰ ਜਿਹੜੇ ਸੰਤ ਜਨ ਨੇ ਉਹ ਪਰਮਾਤਮਾ ਤੇਰੀ ਓਟ ਦੇ ਵਿੱਚ, ਤੇਰੇ ਆਸਰੇ ਦੇ ਵਿੱਚ ਜਿਉਂਦੇ ਨੇ ਅਤੇ ਮਾਇਆ ਦੇ ਪ੍ਰਭਾਵ ਤੋਂ ਇਸੇ ਕਰਕੇ ਹੀ ਬਚੇ ਰਹਿੰਦੇ ਨੇ, ਕਿਉਂਕਿ ਉਹ ਆਪਣੇ ਆਪ ਨੂੰ ਕੁਝ ਵੀ ਨਹੀਂ ਸਮਝਦੇ। ਉਹਨਾਂ ਦੀ ਹਉਮੈ ਬਿਲਕੁਲ ਜ਼ੀਰੋ ਹੈ। ਜੇਕਰ ਉਹਨਾਂ ਕੋਲ ਕੁਝ ਹੈ ਤਾਂ ਉਹ ਵੀ ਉਹਦਾ ਕ੍ਰੈਡਿਟ ਉਸ ਪਰਮਾਤਮਾ ਨੂੰ ਦਿੰਦੇ ਨੇ, ਜੇਕਰ ਨਹੀਂ ਹੈ ਤਾਂ ਉਹਨੂੰ ਵੀ ਉਹ ਉਸ ਪਰਮਾਤਮਾ ਦੀ ਨਿਆਮਤ ਸਮਝ ਕੇ ਕਬੂਲ ਕਰ ਲੈਂਦੇ ਨੇ, ਉਹਦੇ 'ਤੇ ਸਵਾਲ ਨਹੀਂ ਕਰਦੇ। ਅਤੇ ਇਸ ਸਭ ਕਾਸੇ ਦਾ ਸਿੱਟਾ ਇਹ ਨਿਕਲਦਾ ਹੈ ਕਿ ਉਹਨਾਂ ਦਾ ਮਨ ਸਥਿਰ ਰਹਿੰਦਾ ਹੈ। ਇਸੇ ਲਈ ਹੀ ਜਿਹੜੇ ਸੰਤ ਜਨ ਉਸ ਪਰਮਾਤਮਾ ਦੀ ਓਟ ਦੇ ਵਿੱਚ ਹਨ, ਆਸਰੇ ਦੇ ਵਿੱਚ ਹਨ, ਉਹਨਾਂ ਦੇ ਉੱਪਰ ਮਾਇਆ ਪ੍ਰਭਾਵ ਨਹੀਂ ਪਾ ਪਾਉਂਦੀ। ਵਿਆਪਤ ਅਹੰ ਬੁੱਧ ਕਾ ਮਾਤਾ ਵਿਆਪਤ ਪੁੱਤਰ ਕਲੱਤਰ ਸੰਗ ਰਾਤਾ, ਵਿਆਪਤ ਹਸਤ ਘੋੜੇ ਅਰਬਸਤਾ ਵਿਆਪਤ ਰੂਪ ਜੋਬਨ ਮਦ ਮਸਤਾ। ਇਹਨਾਂ ਪੰਕਤੀਆਂ ਦੇ ਵਿੱਚ ਵੀ ਸੇਮ ਗੱਲ ਹੋ ਰਹੀ ਹੈ ਕਿ ਮਾਇਆ ਕਿਸ ਪ੍ਰਕਾਰ ਮਨੁੱਖ ਦੇ ਉੱਪਰ ਆਪਣਾ ਪ੍ਰਭਾਵ ਪਾ ਰਹੀ ਹੈ। ਇੱਥੇ ਕੁਝ ਹੋਰ ਘਟਨਾਵਾਂ ਦੱਸੀਆਂ ਗਈਆਂ ਨੇ ਅਤੇ ਅਗਲੀਆਂ ਪੰਕਤੀਆਂ ਦੇ ਵਿੱਚ ਹੋਰ ਵੀ ਘਟਨਾਵਾਂ ਦੱਸੀਆਂ ਗਈਆਂ ਨੇ, ਹੋਰ ਵੀ ਉਦਾਹਰਣਾਂ ਦਿੱਤੀਆਂ ਗਈਆਂ ਨੇ। ਅਹੰ ਬੁੱਧ ਹੁੰਦੀ ਹੈ ਹਉਮੈ, ਕਿ ਕੋਈ ਮਨੁੱਖ ਹਉਮੈ ਦੇ ਵਿੱਚ ਮਾਤਾ ਭਾਵ ਕਿ ਮਸਤ ਹੈ, ਕਿਸੇ ਉੱਪਰ ਪੁੱਤਰ ਅਤੇ ਇਸਤਰੀ ਦੇ ਮੋਹ ਦਾ ਰੰਗ ਚੜਿਆ ਹੋਇਆ ਹੈ, ਕਿਸੇ ਨੂੰ ਹਾਥੀ ਘੋੜੇ ਅਤੇ ਵਸਤੂਆਂ ਦੀ ਲਾਲਸਾ ਹੈ, ਅਤੇ ਕੋਈ ਰੂਪ ਅਤੇ ਜਵਾਨੀ ਦੇ ਨਸ਼ੇ ਦੇ ਵਿੱਚ ਮਦ ਮਸਤ ਹੈ। ਵਿਆਪਤ ਭੂਮ ਰੰਕ ਅਰ ਰੰਗਾ ਵਿਆਪਤ ਗੀਤ ਨਾਦ ਸੁਣ ਸੰਗਾ, ਕਿਸੇ ਨੂੰ ਭੂਮੀ ਦੀ ਮਲਕੀਅਤ ਦਾ ਹੰਕਾਰ ਹੈ। ਰੰਕ ਅਰ ਰੰਗਾ ਤੋਂ ਭਾਵ ਗਰੀਬ ਅਤੇ ਅਮੀਰ, ਕੋਈ ਗਰੀਬ ਹੈ ਕੋਈ ਅਮੀਰ ਹੈ। ਵਿਆਪਤ ਗੀਤ ਨਾਦ ਸੁਣ ਸੰਗਾ, ਕਿਤੇ ਮੰਡਲੀਆਂ ਦੇ ਵਿੱਚ ਬੈਠ ਕੇ ਗੀਤ ਸੁਣੇ ਜਾ ਰਹੇ ਨੇ। ਵਿਆਪਤ ਸੇਜ ਮਹਿਲ ਸਿਗਾਰ, ਕਿਤੇ ਸੇਜਾਂ ਮਾਣੀਆਂ ਜਾ ਰਹੀਆਂ ਨੇ, ਹਾਰ ਸ਼ਿੰਗਾਰ ਅਤੇ ਮਹਿਲ ਮਾੜੀਆਂ ਦੀ ਲਾਲਸਾ ਹੈ। ਪੰਚ ਦੂਤ ਵਿਆਪਤ ਅੰਧਿਆਰ, ਅਤੇ ਕਿਸੇ ਪਾਸੇ ਮੋਹ ਰੂਪ ਹਨੇਰਾ ਦੂਤ ਬਣ ਕੇ ਪਸਰਿਆ ਹੋਇਆ ਹੈ। ਮਨੁੱਖ ਦੇ ਮਨ ਨੂੰ ਦੂਤ ਦੇ ਪੰਜੇ ਵਾਂਗ ਉਹਨੇ ਕਾਬੂ ਕੀਤਾ ਹੋਇਆ ਹੈ। ਵਿਆਪਤ ਕਰਮ ਕਰੈ ਹਉ ਫਾਸਾ, ਕੋਈ ਮਨੁੱਖ ਧਾਰਮਿਕ ਕਾਰਜ ਕਰਦਾ ਪਿਆ ਹੈ, ਕਰਮ ਕਰਦਾ ਪਿਆ ਹੈ, ਪਰ ਉਹਦੇ ਪਿੱਛੇ ਦੀ ਜੋ ਸੋਚ ਹੈ ਉਹ ਹਉਮੈ ਹੈ। ਆਪਣੀ ਹਉਮੈ ਨੂੰ ਤ੍ਰਿਪਤ ਕਰਨ ਦੇ ਲਈ, ਆਪਣੀ ਹਉਮੈ ਨੂੰ ਬਲ ਦੇਣ ਦੇ ਲਈ ਉਹ ਧਾਰਮਿਕ ਕਾਰਜ ਕਰਦਾ ਪਿਆ ਹੈ। ਵਿਆਪਤ ਕਰਮ ਕਰੈ ਹਉ ਫਾਸਾ, ਹਉ ਦੇ ਵਿੱਚ ਫਸਿਆ ਹੋਇਆ, ਕਿਸ ਪ੍ਰਕਾਰ ਕਿ ਉਹ ਧਾਰਮਿਕ ਕਾਰਜ ਕਰਕੇ ਲੋਕਾਂ ਨੂੰ ਇਹ ਦਿਖਾਉਂਦਾ ਹੈ ਕਿ ਮੈਂ ਇਹ ਕਾਰਜ ਕੀਤਾ ਹੈ, ਭਾਵ ਕਿ ਭਾਵੇਂ ਉਹਨੇ ਕੋਈ ਪੂਜਾ ਕਰਾਈ ਹੈ, ਕੋਈ ਪਾਠ ਕਰਵਾਇਆ ਹੈ, ਕੋਈ ਲੰਗਰ ਲਾਇਆ ਹੈ, ਕਿਸੇ ਵੀ ਪ੍ਰਕਾਰ ਦਾ ਧਾਰਮਿਕ ਕਾਰਜ ਜਦੋਂ ਮਨੁੱਖ ਕਰਕੇ ਦੂਜਿਆਂ ਨੂੰ ਦਿਖਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦਾ ਹੈ ਕਿ ਹਾਂ ਮੈਂ ਇਹ ਕੀਤਾ ਹੈ, ਤਾਂ ਉਹਨਾਂ ਮਨੁੱਖਾਂ ਲਈ ਇਹ ਪੰਕਤੀ ਹੈ ਕਿ ਵਿਆਪਤ ਕਰਮ ਕਰੈ ਹਉ ਫਾਸਾ, ਤੁਸੀਂ ਧਾਰਮਿਕ ਕਾਰਜ ਆਪਣੇ ਮਨ ਦੀ ਸੰਤੁਸ਼ਟੀ ਦੇ ਲਈ, ਆਪਣੇ ਮਨ ਦੀ ਸਥਿਰਤਾ ਦੇ ਲਈ ਨਹੀਂ, ਬਲਕਿ ਆਪਣੀ ਹਉਮੈ ਦੀ ਸੰਤੁਸ਼ਟੀ ਦੇ ਲਈ ਕਰਦੇ ਪਏ ਹੋ, ਜੇਕਰ ਤੁਸੀਂ ਉਹਨੂੰ ਦਿਖਾਉਣਾ ਚਾਹੁੰਦੇ ਹੋ ਕਿ ਹਾਂ ਮੈਂ ਇਹ ਕੀਤਾ ਹੈ। ਵਿਆਪਤ ਗਿਰਸਤ ਵਿਆਪਤ ਉਦਾਸਾ, ਕੋਈ ਮਨੁੱਖ ਗ੍ਰਿਸਤੀ ਦੇ ਵਿੱਚ ਫਸਿਆ ਹੋਇਆ ਹੈ ਅਤੇ ਕੋਈ ਉਦਾਸੀ ਰੂਪ ਵਿੱਚ ਹੈ। ਆਚਾਰ ਵਿਵਹਾਰ ਵਿਆਪਤ ਇਹ ਜਾਤ, ਕੋਈ ਧਾਰਮਿਕ ਰਸਮਾਂ ਦੇ ਵਿੱਚ ਪ੍ਰਵਿਰਤ ਹੈ ਅਤੇ ਕਿਸੇ ਨੂੰ ਉੱਚੀ ਜਾਤ ਦਾ ਮਾਣ ਹੈ। ਸਭ ਕਿਛ ਵਿਆਪਤ ਬਿਨ ਹਰ ਰੰਗ ਰਾਤ,
ਜਦੋਂ ਤੱਕ ਮਨੁੱਖ ਉਸ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਨਹੀਂ ਰੰਗਿਆ ਹੋਇਆ ਤਾਂ ਇਹਨਾਂ ਸਾਰੇ ਹੀ ਤਰੀਕਿਆਂ ਦੇ ਨਾਲ ਮਾਇਆ ਉਹਦੇ ਉੱਪਰ ਪ੍ਰਭਾਵ ਪਾਈ ਰੱਖੇਗੀ। ਸੰਤਨ ਕੇ ਬੰਧਨ ਕਾਟੇ ਹਰ ਰਾਏ, ਜੋ ਸੰਤ ਜਨ ਹਨ ਉਹਨਾਂ ਦੇ ਮਾਇਆ ਦੇ ਬੰਧਨ ਪਰਮਾਤਮਾ ਆਪ ਕੱਟ ਦਿੰਦਾ ਹੈ। ਤਾਕੋ ਕਹਾ ਵਿਆਪਾ ਮਾਏ, ਜਿਨ੍ਹਾਂ ਦੇ ਬੰਧਨ ਪਰਮਾਤਮਾ ਨੇ ਆਪ ਹੀ ਕੱਟ ਦਿੱਤੇ ਉਹਨਾਂ ਨੂੰ ਫਿਰ ਮਾਇਆ ਕਿਵੇਂ ਤੰਗ ਕਰ ਸਕਦੀ ਹੈ, ਉਹਨਾਂ ਦੇ ਉੱਪਰ ਮਾਇਆ ਕਿਵੇਂ ਪ੍ਰਭਾਵ ਪਾ ਸਕਦੀ ਹੈ। ਕਹੋ ਨਾਨਕ ਜਿਨ ਧੂਰ ਸੰਤ ਪਾਈ, ਹੇ ਨਾਨਕ ਇਹ ਆਖ ਕਿ ਜਿਨ੍ਹਾਂ ਮਨੁੱਖਾਂ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਹਾਸਲ ਕਰ ਲਈ ਹੈ, ਤਾਕੈ ਨਿਕਟ ਨਾ ਆਵੈ ਮਾਈ, ਮਾਇਆ ਉਹਨਾਂ ਦੇ ਨੇੜੇ ਵੀ ਨਹੀਂ ਟੁੱਕਦੀ। ਸੋ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 182ਵੇਂ ਅੰਗ 'ਤੇ ਵਿਰਾਜਮਾਨ ਪਹਿਲੇ ਸ਼ਬਦ ਦੀ ਸਮਾਪਤੀ ਹੁੰਦੀ ਹੈ ਅਤੇ ਪਹਿਲੇ ਸ਼ਬਦ ਦੇ ਵਿੱਚ ਗੁਰੂ ਜੀ ਨੇ ਅਨੇਕਾਂ ਪ੍ਰਕਾਰ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਪੇਸ਼ ਕੀਤੀਆਂ ਹਨ ਕਿ ਕਿਸ ਪ੍ਰਕਾਰ ਮਾਇਆ ਮਨੁੱਖਾਂ ਦੇ ਉੱਪਰ ਆਪਣਾ ਪ੍ਰਭਾਵ ਪਾਉਂਦੀ ਹੈ ਅਤੇ ਇਹ ਪ੍ਰਭਾਵ ਸਿਰਫ ਉਹਨਾਂ ਉੱਪਰ ਪੈਂਦਾ ਹੈ ਜਿਹੜੇ ਪਰਮਾਤਮਾ ਦੇ ਨਾਲ ਨਹੀਂ ਜੁੜੇ ਹੋਏ, ਜਿਹੜੇ ਉਸ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਨਹੀਂ ਰੰਗੇ ਹੋਏ। ਅਗਲੇ ਸ਼ਬਦ ਦੇ ਵਿੱਚ ਸਾਡੇ ਸੁਚੇਤ ਜਾਂ ਅਚੇਤ ਹੋਣ ਦੀ ਗੱਲ ਕੀਤੀ ਗਈ ਹੈ ਕਿ ਅਸੀਂ ਕਿੰਨੇ ਕੁ ਸੁਚੇਤ ਹਾਂ ਅਤੇ ਕਿੰਨੇ ਕੁ ਅਚੇਤ ਹਾਂ। ਗੌੜੀ ਗੁਵਾਰਰੀ ਮਹਿਲਾ ਪੰਜਵਾਂ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਨ ਸੋਏ ਸੁਣ ਨਿੰਦ ਵਿਚਾਰ। ਜੋ ਸਾਡੇ ਨੈਣ ਨੇ ਉਹ ਪਰਾਏ ਰੂਪ ਨੂੰ ਵਿਕਾਰ ਦੀ ਨਿਗਾਹ ਦੇ ਨਾਲ ਵੇਖਣ ਦੀ ਨੀਂਦ ਸੁੱਤੇ ਹੋਏ ਨੇ। ਜੋ ਸਾਡੇ ਕੰਨ ਨੇ, ਸਰਵਣ ਤੋਂ ਭਾਵ ਕੰਨ, ਉਹ ਪਰਾਈ ਨਿੰਦਿਆ ਵਿਚਾਰ ਸੁਣਨ ਦੀ ਨੀਂਦ ਸੁੱਤੇ ਹੋਏ ਨੇ। ਰਸਨਾ ਸੋਈ ਲੋਭ ਮਿੱਠਾ ਸਾਧ, ਜੋ ਸਾਡੀ ਜੀਭ ਹੈ ਮਿੱਠੇ ਭੋਜਨ ਪਦਾਰਥਾਂ, ਸਵਾਦਲੇ ਭੋਜਨ ਪਦਾਰਥਾਂ ਦੇ ਲੋਭ ਦੇ ਵਿੱਚ ਸੁੱਤੀ ਹੋਈ ਹੈ। ਅਤੇ ਮਨ ਸੋਇਆ ਮਾਇਆ ਵਿਸਮਾਦ, ਅਤੇ ਜੋ ਸਾਡਾ ਮਨ ਹੈ ਉਹ ਮਾਇਆ ਦੇ ਅਸਚਰਜ ਤਮਾਸ਼ਿਆਂ ਦੇ ਵਿੱਚ ਸੁੱਤਾ ਹੋਇਆ ਹੈ। ਭਾਵ ਕਿ ਅਸੀਂ ਬੜੇ ਹੀ ਅਚੇਤ ਹਾਂ, ਅਸੀਂ ਪਰਾਇਆ ਰੂਪ ਵੇਖਣਾ ਚਾਹੁੰਦੇ ਹਾਂ, ਪਰਾਈ ਨਿੰਦਿਆ ਸੁਣਨੀ ਚਾਹੁੰਦੇ ਹਾਂ ਕਿਉਂਕਿ ਸਾਨੂੰ ਚੰਗੀ ਲੱਗਦੀ ਹੈ, ਸਵਾਦਲੇ ਭੋਜਨ ਖਾਣਾ ਚਾਹੁੰਦੇ ਹਾਂ ਕਿਉਂਕਿ ਸਾਨੂੰ ਵਧੀਆ ਲੱਗਦੇ ਨੇ, ਅਤੇ ਉਸੇ ਪ੍ਰਕਾਰ ਹੀ ਮਾਇਆ ਦੇ ਵਿੱਚ ਖੁੱਭੇ ਰਹਿਣਾ ਚਾਹੁੰਦੇ ਹਾਂ ਕਿਉਂਕਿ ਸਾਡੇ ਮਨ ਨੂੰ ਉਹੀ ਪਸੰਦ ਹੈ। ਪਰ ਇਹ ਉਦੋਂ ਤੱਕ ਹੈ ਜਦੋਂ ਤੱਕ ਅਸੀਂ ਸੁਚੇਤ ਨਹੀਂ ਹਾਂ। ਜਦੋਂ ਸੁਚੇਤ ਹੋ ਗਏ, ਜੀਵਨ ਦਾ ਅਸਲ ਮਨੋਰਥ ਸਾਨੂੰ ਸਮਝ ਦੇ ਵਿੱਚ ਆ ਗਿਆ, ਤਾਂ ਫਿਰ ਇਹ ਚੀਜ਼ਾਂ ਚੰਗੀਆਂ ਲੱਗਣੋਂ ਹਟ ਜਾਂਦੀਆਂ ਨੇ। ਇਸ ਗ੍ਰਹਿ ਮੈਂ ਕੋਈ ਜਾਗਤ ਰਹੈ, ਸਾਵਤ ਬਸਤ ਉਹ ਆਪਣੀ ਲਹੈ ਰਹਾਓ। ਜਿਹੜਾ ਕੋਈ ਮਨੁੱਖ ਆਪਣੇ ਸਰੀਰ ਘਰ ਦੇ ਵਿੱਚ ਸੁਚੇਤ ਰਹਿੰਦਾ ਹੈ, ਉਹ ਜੋ ਆਪਣੀ ਆਤਮਿਕ ਜੀਵਨ ਵਾਲੀ ਰਾਸ ਪੂੰਜੀ ਹੈ ਉਹਨੂੰ ਬਚਾ ਲੈਂਦਾ ਹੈ। ਸਾਵਤ ਬਸਤ ਉਹ ਆਪਣੀ ਲਹੈ, ਕਿ ਉਹਦੀ ਜੋ ਬਸਤ ਹੈ, ਜੋ ਰਾਸ ਪੂੰਜੀ ਹੈ, ਆਤਮਿਕ ਜੀਵਨ ਹੈ, ਉਹ ਸਾਵਤ ਰਹਿੰਦਾ ਹੈ, ਖਤਮ ਨਹੀਂ ਹੁੰਦਾ। ਸਗਲ ਸਹੇਲੀ ਆਪਣਾ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਸਗਲ ਸਹੇਲੀ ਤੋਂ ਭਾਵ ਸਾਡੇ ਸਾਰੇ ਹੀ ਗਿਆਨ ਇੰਦਰੇ। ਗੁਰੂ ਜੀ ਕਹਿੰਦੇ ਕਿ ਸਾਡੇ ਸਾਰੇ ਹੀ ਗਿਆਨ ਇੰਦਰੇ ਆਪੋ ਆਪਣੇ ਚਸਕਿਆਂ ਦੇ ਵਿੱਚ ਮਸਤ ਰਹਿੰਦੇ ਹਨ ਅਤੇ ਆਪਣੇ ਸਰੀਰ ਘਰ ਦੀ ਖਬਰ ਨਹੀਂ ਰੱਖਦੇ ਕਿ ਅਸਲ ਦੇ ਵਿੱਚ ਸਾਡੇ ਮਨ ਦੇ ਅੰਦਰ, ਸਾਡੇ ਸਰੀਰ ਦੇ ਅੰਦਰ ਕੀ ਚੱਲ ਰਿਹਾ ਹੈ, ਇਹਦੀ ਸਾਨੂੰ ਕੋਈ ਖਬਰ ਨਹੀਂ ਹੁੰਦੀ। ਅਸੀਂ ਬਾਹਰੀ ਚਸਕਿਆਂ ਦੇ ਵਿੱਚ ਹੀ ਮਸਤ ਰਹਿੰਦੇ ਹਾਂ। ਮੁਸਨਹਾਰ ਪੰਚ ਬਟਵਾਰੇ, ਸੂਨੇ ਨਗਰ ਪਰੇ ਠਗਹਾਰੇ। ਮੁਸਨਹਾਰ ਤੋਂ ਭਾਵ ਠੱਗਣ ਵਾਲੇ, ਪੰਚ ਬਟਵਾਰੇ ਭਾਵ ਕਿ ਪੰਜ ਵਿਕਾਰ। ਜਿਹੜੇ ਪੰਜ ਵਿਕਾਰ ਨੇ, ਜਿਹੜੇ ਕਿ ਠੱਗਣ ਵਾਲੇ ਪੰਜ ਵਿਕਾਰ ਨੇ, ਜਿਹੜੇ ਸਾਡੀ ਮਾਨਸਿਕ ਸਥਿਰਤਾ ਨੂੰ ਠੱਗਦੇ ਨੇ, ਜਦੋਂ ਸਾਨੂੰ ਆਪਣੇ ਘਰ ਦੀ ਖਬਰ ਨਹੀਂ ਕਿ ਸਾਡੇ ਅੰਦਰ ਕੀ ਚੱਲ ਰਿਹਾ ਹੈ, ਸਾਡਾ ਧਿਆਨ ਸਾਰੇ ਦਾ ਸਾਰਾ ਬਾਹਰ ਹੈ, ਤਾਂ ਜਿਹੜੇ ਵਿਕਾਰ ਨੇ ਉਹ ਇਸ ਗੱਲ ਦਾ ਫਾਇਦਾ ਉਠਾ ਲੈਂਦੇ ਨੇ। ਸਾਡਾ ਸੁੰਨਾ ਨਗਰ ਜੋ ਹੈ, ਸਾਡਾ ਮਨ, ਸਾਡਾ ਜੋ ਸਰੀਰ ਰੂਪੀ ਨਗਰ ਸੁੰਨਾ ਪਿਆ ਹੈ, ਜਿੱਥੇ ਸਾਡਾ ਧਿਆਨ ਨਹੀਂ ਹੈ, ਉੱਥੇ ਉਹ ਆਪਣਾ ਹੱਲਾ ਬੋਲ ਦਿੰਦੇ ਨੇ, ਵਿਕਾਰ ਸਾਡੇ ਉੱਪਰ ਕਾਬੂ ਕਰ ਲੈਂਦੇ ਨੇ।
उनते राखै बाप ना माई, उनते राखै मीत ना भाई। इन्हां पंजां विकारां तों ना ते सानू साडा बापू बचा सकता है, ना साडी माई बचा सकती है, ना साडा कोई मित्र बचा सकता है, ते ना साडा भरा बचा सकता है। दर्ब सियानप ना ओए रहते, साध संग ओए दुष्ट वस होते। साडियां लख सियाणपां भी सानू विकारां तों बचा नहीं सकदियां। असीं किन्ने भी चतुर होईए, किन्नियां भी साडे अंदर चलाकियां होण, इन्हां विकारां दे अगे कम नहीं आउंदियां। ते इन्हां दुष्टां नूं काबू किद्दां कीता जांदा? साध संगत दे विच जुड़ के। जदों असीं साध संगत दे विच असलीयत दे विच जुड़दे हाँ, असीं अपने आप नूं उस परमात्मा दे हवाले कर दिंदे हाँ कि हे परमात्मा, मेरी मैं मर चुकी है, मैं कुछ भी नहीं हाँ, मैं तेरा दास हाँ, तू जो मैनू कहेगा मैं उही करना है, जो तेरी रजा होएगी मैं उसे दे विच खुश रहना है। जदों असीं मानसिक स्थिति नूं इदां दी बना लैंदे हाँ, उस वक्त यह विकार छुट जांदे ने। कर किरपा मोहे सारंग पान, संतन धूर सर्व निदान। साबत पूंजी सतगुर संग, नानक जागै पार ब्रह्म कै रंग। सारंग पान भाव धनुषधारी परमात्मा, धनुषधारी प्रभु। गुरु जी उस परमात्मा दे अगे अरदास करदे हन ते कहंदे हन कि हे परमात्मा, मेरे उपर किरपा कर, मैनू नौ खजानिया दे जां सारे खजानिया दे बराबर दी अहमियत रखण वाली संतां दे चरणां दी धूड़ बख्श दे, क्योंकि मैनू इस गल दा इलम है कि संतां दी संगत दे विच रहा ही साडी जो आत्मक जीवन वाली पूंजी है उसनू बचाया जा सकता है, साबित रखिया जा सकता है। इसे लई जो नानक है वह परमात्मा दे प्रेम रंग दे विच रच के सुचेत रहिंदा है, जागदा है। जिन्ना चिर साडा ध्यान बाहरी विकारां दे वल, बाहरी चस्कियां दे वल लग्या होया है, असी अंदर नहीं झाकदे, अंदर साडा सुन्ना है, विकार साडे उपर काबू पा लैंदे ने, असी सुचेत ही नहीं हुंदे कि साडे उपर विकार काबू पा रहे ने। असी किन्ने विकारी हाँ, किन्ने प्रकार दे सानू चस्के लगे हुए ने, इस गल तों असी सुचेत ही नहीं हुंदे। जदों तक सुचेत नहीं हुंदे तां इहदे तों बच किवें सकदे हाँ? जदों साध संगत दे विच जुड़दे हाँ, उस परमात्मा दे नाल जुड़दे हाँ, तां साडा ध्यान अंदर वल नूं जांदा है। जो भी सानू चस्के लगे ने उन्हां वल्लों असी सुचेत हो जांदे हाँ। इस गल दा सानू पता लग जांदा है कि हाँ, असी बाहर वल ज़्यादा ध्यान रखते हाँ, तो ज्यों ज्यों साडा ध्यान अंदर जांदा रहेगा, ये विकार जिहड़े ने साडे तों बाहर जांदे रहणगे। तुसी जे उदाहरण दे तौर ते वेखो कि एक साडा घर है, घर दे विच असी वसदे हाँ, साडा ध्यान बाहरी पासियां वल है, साढ़े आस पास के घर वल है कि गवांडियां दे घरे की चल रहा है। साडा जदों पूरे का पूरा ध्यान उधर नू है तो कोई भी चोर ठग आ के साढ़े घर नू लुट के लजा सकता है। तो ज्यों ज्यों असी बाहरों ध्यान हटा के अपने घर वल नू करन लगांगे तो चोरां नू भी पता लग जाएगा कि इन्हां दा ध्यान हुण घर वल नू आ रहा है, तो वह अपना आप बचा के उत्थों भज्जण दी कोशिश करनगे। सो बिल्कुल इस प्रकार ही साढ़े मन की स्थिति है, जद तक असी बाहर ध्यान रखते हाँ उदों तक ये विकार साढ़े उपर काबू पाई रखते हैं। जदों ही साडा ध्यान अंदर वल जाण लगता है, जदों ही असी इस गल वलों सुचेत हो जाते हाँ कि साडा ध्यान बाहर सी ते साढ़े जो शरीर रूपी घर है उहदे विच विकारां ने काबू पा लिया है, ਤਾਂ ਇਹ ਵਿਕਾਰ ਸਾਡੇ ਘਰ ਨੂੰ ਛੱਡ ਕੇ ਜਾਣ ਲੱਗਦੇ ਨੇ। ਸੋ ਜਾਗੈ ਜਿਸ ਪ੍ਰਭ ਕਿਰਪਾਲ, ਇਹ ਪੂੰਜੀ ਸਾਬਤ ਧਨ ਮਾਲ, ਰਹਾਓ ਦੂਜਾ। ਪਰ ਗੱਲ ਇਹ ਹੈ ਕਿ ਉਹੀ ਮਨੁੱਖ ਸੁਚੇਤ ਰਹਿੰਦਾ ਹੈ ਜਿਸ 'ਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ। ਜਿੰਨਾ ਚਿਰ ਪਰਮਾਤਮਾ ਦੀ ਕਿਰਪਾ ਸਾਡੇ ਉੱਪਰ ਨਹੀਂ ਹੁੰਦੀ, ਸਾਡੇ ਮਨ ਦੇ ਵਿੱਚ ਸੁਚੇਤ ਹੋਣ ਦਾ ਖਿਆਲ ਵੀ ਪੈਦਾ ਨਹੀਂ ਹੁੰਦਾ। असी उन्हां बाहरी चस्कियां दी दौड़ दे विच ही लगे रहिंदे हाँ, उसे तरह ही आपदी जिंदगी माणदे रहिंदे हाँ।
पर फिर एक दिन साडे मन दे विच एक ख्याल आ जाता है कि नहीं हुण मैं अपने अंदर झकना है। एक ख्याल जो है ये परमात्मा की कृपा दे नाल ही आउंदा है, ते जिन्हू आ गया जिहड़ा जाग गया सुचेत हो गया उहदी आत्मक जीवन रूपी रास पूंजी बच जाती है। गौड़ी गुआररी महला पंजमा, जाकै वस खान सुल्तान, जाकै वस है सगल जहान, जाका किया सब किश होए, तिसते बाहर नाही कोई। उस परमात्मा की गल हो रही है कि वड्डे वड्डे खान अते सुल्तान भी जिस परमात्मा के अधीन ने, जिदे फैसले नूं वो भी नहीं टाल सकते, जिस परमात्मा के अधीन सगल जहान है, सारा जगत है, जिसका कीता होया सब कुछ हुंदा है, इस सृष्टि दे विच जो कुछ भी वापर रहा है उस परमात्मा की रजा अनुसार वापर रहा है, ते तिसते बाहर ना ही कोई, कोई भी जीव उस परमात्मा तो आकी नहीं हो सकता। कहो बेनंती अपने सतगुर पाहे, काज तुम्हारे दे निवाहे रहाओ। अपने गुरु दे पास बेनती करो कि वह तुहानू उस परमात्मा का नाम बख्श देवे, जिस नाल कि तुहाडे सारे कार्ज तुहाडा जीवन मनोरथ सफल हो जावे। सब ते ऊच जाका दरबार, सगल भगत जाका नाम आधार, सर्ब व्यापत पूर्ण धनी, जाकी सोभा घट घट बनी। जिस परमात्मा का दरबार सब तो उच्चा है, जिस परमात्मा का नाम सारे भगतों के लिए जीवन का आसरा है, जिहड़ा परमात्मा हर थां मौजूद है, हर थां व्यापक है, सर्व व्यापत पूर्ण धनी, जाकी सोभा घट घट बनी। जिस परमात्मा की सोभा वड्याई इस सृष्टि के कोने कोने दे विच बनी हुई है, हर जीव के शरीर दे विच बनी हुई है, उहदा नाम सिमरना चाहिंदा है। जिस सिमरत दुख डेरा ढहै, जिस परमात्मा का नाम सिमरिया दुखां का डेरा ढह जाता है, दुख खत्म हो जाते ने। जिस सिमरत जम किशु ना कहै, जिस परमात्मा का नाम सिमरिया आत्मक मौत साढ़े नेड़े भी नहीं टुक सकती। जिस सिमरत होत सुके हरे, जिस परमात्मा का नाम सिमरिया सुके भी हरे हो जाते ने, कठोर दिल मनुख भी नरम दिल हो जाते ने। जिस सिमरत डूबत पाहन तरे, जिस परमात्मा का सिमरन कीत्या डुबदे हुए पत्थर भी तर जाते ने, उहदा नाम सिमरना चाहिंदा है। संत सभा कौ सदा जयकार, हर हर नाम जन प्राण आधार। जिहड़े संत जणा दे लई परमात्मा का नाम उहनां दी जिंदगी का आसरा है, उहनां सारे ही संत जणा नूं नमस्कार करना चाहिंदा है, उहनां दी जय जयकार करनी चाहिंदी है, उहनां दे अग्गे सदा सिर निवाउणा चाहिंदा है। कहो नानक मेरी सुनी अरदास, संत प्रसाद मोको नाम निवास। हे नानक यह आख कि उस करतार ने, उस परमात्मा ने मेरी बेनती सुन ली है, ते मैनू अपने नाम घर दे विच निवास बख्श दिता है। सो इस दे नाल ही श्री गुरु ग्रंथ साहिब जी दे 182वें अंग दी बाणी दी व्याख्या दी समाप्ति हुंदी है जी। अज दे अंग दी बाणी दे विच असीं सुचेतना अते अचेतना दे बारे दे विच सिख्या कि किस प्रकार जद तक असीं अचेत रहिंदे हाँ तां विकार साडे उपर धावा बोलदे रहिंदे हन, साडे मन दे उपर काबू पा लैंदे हन, ते जिमें जिमें साडा ध्यान अंदर वल नूं जाण लगदा है, साडे मन दे विच जिमें जिमें असीं झाकणा शुरू करदे हाँ, जिमें जिमें असीं सुचेत होण लगदे हाँ कि विकार साडे उपर काबू पाई बैठे हन, उवें उवें ही उह विकार सानूं छड्डणा शुरू कर दिंदे हन। असी बड़ी वधिया एक उदाहरण लई सी कि घर दे विच जदों चोर आ जाण तां उदों तक उह अपना काम करदे रहणगे जद तक असीं उस गल दे बारे सुचेत नहीं हाँ, ते जदों ही असीं सुचेत हो गए कि घर दे अंदर कोई चोर वड़िया होया है, तां चोरां नूं भी इस गल दा इलम हो जांदा है, वह भी अपना समान चक के जां अपने आप नूं बचा के उत्थों भज्जण दी कोशिश करते हैं। सो उस प्रकार ही विकार हैं
ਜਦੋਂ ਅਸੀਂ ਸੁਚੇਤ ਹੋ ਗਏ ਕਿ ਸਾਡੇ ਮਨ ਦੇ ਉੱਪਰ ਵਿਕਾਰਾਂ ਨੇ ਕਾਬੂ ਪਾਇਆ ਹੋਇਆ ਹੈ ਤਾਂ ਵਿਕਾਰਾਂ ਨੂੰ ਵੀ ਇਸ ਗੱਲ ਦਾ ਇਲਮ ਹੋ ਜਾਂਦਾ ਹੈ, ਸਾਨੂੰ ਛੱਡਣਾ ਸ਼ੁਰੂ ਕਰ ਦਿੰਦੇ ਹਨ। ਪਰ ਇਸ ਸਾਰੇ ਕਾਸੇ ਦੀ ਸ਼ੁਰੂਆਤ, ਇਸ ਸੁਚੇਤਨਾ ਦੀ ਸ਼ੁਰੂਆਤ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਹੁੰਦੀ ਹੈ। ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਸਾਡੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਹੈ ਕਿ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ। ਸੋ ਉਮੀਦ ਕਰਦੇ ਹਾਂ ਕਿ ਇਹ ਸਾਰੀ ਗੱਲਬਾਤ ਤੁਹਾਨੂੰ ਸਮਝ ਦੇ ਵਿੱਚ ਆ ਗਈ ਹੋਵੇਗੀ। ਵੀਡੀਓ ਚੰਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਦੇ ਨਾਲ ਇਸੇ ਪ੍ਰਕਾਰ ਹੀ ਜੁੜੇ ਰਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।